ਟਾਈਮਸ ਮਹਾਪ੍ਰਬਲীন ਕੋਰ ਸਮਰ ਵਕੇਸ਼ਨਸ ਚੱਲ ਰਹੀਆਂ ਨੇ ਲੋਕ ਅਕਸਰ ਚਾਹੁੰਦੇ ਨੇ ਕਿ ਅਸੀਂ ਕੋਈ ਨਾ ਕੋਈ ਇਹੋ ਜਿਹੀ ਪਲੇਸ ਤੇ ਜਾਈਏ ਜਿੱਥੇ ਕਿ ਸਾਨੂੰ ਸਕੂਨ ਮਿਲੇ ਔਰ ਅਗਰ ਗੱਲਬਾਤ ਕੀਤੀ ਜਾਂਦੀ ਹੈ ਸਾਊਥ ਦੀ ਤਾਂ ਸਾਊਥ ਦੇ ਵਿੱਚ ਇਹੋ ਜੇ ਬਹੁਤ ਸਾਰੇ ਸ਼ਹਿਰ ਨੇ ਜਿਨ੍ਹਾਂ ਨੂੰ ਕੀ ਕਹ ਲਓ ਮੈਟਰੋਪੋਲੀਟਨ ਸਿਟੀਆਂ ਵੀ ਮੰਨਿਆ ਜਾਂਦਾ ਔਰ ਘੁੰਮਣ ਦੀਆਂ ਬਹੁਤ ਜਗਾਵਾਂ ਨੇ ਅਸੀਂ ਬੈਂਗਲੌਰ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤਾਂ ਅਗਰ ਆਊਟਰ ਸਕਰਟਸ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਇੱਥੇ ਗ੍ਰੀਨਰੀ ਇੰਨੀ ਹੈ ਕਿ ਲੋਕ ਜਿਹੜੇ ਨੇ ਵਿਜ਼ਿਟ ਕਰਦੇ ਨੇ ਔਰ ਆਪਣਾ ਜਿਹੜਾ ਸਮਰ ਵਕੇਸ਼ਨ ਸਪੈਂਡ ਕਰਨ ਦੀ ਪੂਰੀ ਪੂਰੀ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸ ਜਾਣਿਆ ਕਿ ਕੰਮ ਤੋਂ ਛੁੱਟੀ ਮਿਲੇ ਜਾਂ ਫਿਰ ਸਕੂਲ ਤੋਂ ਜਦੋਂ ਛੁੱਟੀ ਹੁੰਦੀ ਹੈ ਤਾਂ ਲੋਕ ਅਕਸਰ ਟੂਰਿਸਟ ਪਲੇਸਸ ਤੇ ਜਾ ਕੇ ਆਪਣਾ ਟਾਈਮ ਸਪੈਂਡ ਕਰਦੇ ਤਾਂ ਇਸੇ ਮਸੀਂ ਬੰਗਲੌਰ ਦੀ ਆਊਟਰ ਸਕਰਟ ਦੇ ਉਤੇ ਮੌਜੂਦ ਆ ਤਾਂ ਇਸ ਜਗ੍ਹਾ ਦਾ ਨਾਮ ਸਿਟਰਸ ਟ੍ਰੇਲ ਹੈ ਔਰ ਤੁਹਾਨੂੰ ਇਸੀ ਲੋਕੇਸ਼ਨ ਦਿਖਾਣੇ ਆ ਗੱਲਬਾਤ ਕਰਦੇ ਔਰ ਦਿਖਾਣੇ ਇੱਥੇ ਕਾਫੀ ਬੀਨਸ ਜਿਹੜੇ ਨੇ ਉਹ ਵੀ ਪਲਾਂਟੇਸ਼ਨ ਹੋਈ ਹੋਈ ਹੈ ਸਾਰੀ ਚੀਜ਼ਾਂ ਤੁਹਾਨੂੰ ਨਾਲ ਦੇ ਨਾਲ ਦਿਖਾਣੇ ਆ ਔਰ ਅਗਰ ਵਿਊ ਦੀ ਗੱਲਬਾਤ ਕੀਤੀ ਜਾਵੇ ਤਾਂ ਜੇਕਰ ਪੰਜਾਬ ਦੀ ਜਾਂ ਫਿਰ ਹੋਰ ਥਾਵਾਂ ਦੀ ਗੱਲਬਾਤ ਕੀਤੀ ਜਾਂਦੀ ਹੈ ਵਿਊ ਤਾਂ ਤੁਹਾਨੂੰ ਮਿਲ ਜੇਗਾ ਪਰ ਇਹੋ ਜਿਹਾ ਮੌਸ ਅਕਸਰ ਦੇਖਣ ਨੂੰ ਨਹੀਂ ਮਿਲਦਾ ਉਹ ਤੁਹਾਨੂੰ ਸਿਰਫ ਇਹੋ ਜੀ ਜਗਾਵਾਂ ਤੇ ਵੀ ਮਿਲਦਾ ਜਿੱਥੇ ਕਿ ਤੁਹਾਨੂੰ ਆ ਕੇ ਸਕੂਨ ਮਿਲਦਾ ਹੈ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਵਿਊ ਹੈ ਸਾਰਾ ਗ੍ਰੀਨਰੀ ਨਾਲ ਭਰਿਆ ਹੋਇਆ ਹੈ ਔਰ ਬਹੁਤ ਸੋਹਣੇ ਸੋਹਣੇ ਪਲਾਂਟੇਸ਼ਨ ਹੋਇਆ ਹੋਇਆ ਨੇ ਅਲੱਗ-ਅਲੱਗ ਕ੍ਰੌਪਸ ਲੱਗੀਆਂ ਹੋਈਆਂ ਨੇ ਔਰ ਕੁਝ ਜਿਹੜਾ ਟੂਰਿਸਟ ਪਲੇਸ ਕਰਕੇ ਕੁਝ ਇਹਨਾਂ ਦੇ ਵੱਲੋਂ ਵੀ ਇਨੀਸ਼ੀਏਟ ਕੀਤਾ ਗਿਆ ਕਿ ਅਸੀਂ ਵੀ ਕੁਝ ਇਹੋ ਜੀ ਜਗਾਵਾਂ ਬਣਾਈਏ ਜਿੱਥੇ ਕਿ ਲੋਕ ਜਿਹੜੇ ਨੇ ਆ ਕੇ ਫੋਟੋਸ ਖਿੱਚ ਸਕਣ ਆਪਣਾ ਟਾਈਮ ਸਪੈਂਡ ਕਰਨ ਆਪਣੇ ਫੈਮਿਲੀ ਦੇ ਨਾਲ ਆ ਕੇ ਬੈਠ ਕੇ ਗੱ ਕਰਦੇ ਉੱਤੇ ਹੈ ਔਰ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਕੁਝ ਤਿਆਰ ਕੀਤਾ ਹੋਇਆ ਹੈ ਤਾਂ ਕਿ ਲੋਕ ਜਿਹੜੇ ਇੱਥੇ ਆ ਕੇ ਆਪਣਾ ਟਾਈਮ ਸਪੈਂਡ ਕਰ ਸਕਣ ਤਾਂ ਅਗਰ ਦੇਖਿਆ ਜਾਵੇ ਤੁਹਾਨੂੰ ਮੈਂ ਦੱਸਿਆ ਕਿ ਜਿਵੇਂ ਸਾਊਥ ਦੇ ਵਿੱਚ ਬਹੁਤ ਸਾਰੀ ਗ੍ਰੀਨਰੀ ਹੈ ਬਹੁਤ ਸਾਰੇ ਪਲਾਂਟਸ ਹੈ ਹੋਜੇ ਨੇ ਜਿਹੜੇ ਕਿ ਨਾਰਮਲ ਤੁਹਾਨੂੰ ਨਹੀਂ ਦੇਖਣ ਨੂੰ ਮਿਲਦੇ ਤਾਂ ਇਹ ਕਟਹਲ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਐਜ਼ ਅ ਫਰੂਟ ਔਰ ਵੈਜੀਟੇਬਲ ਵੀ ਯੂਜ਼ ਕੀਤਾ ਜਾਂਦਾ ਹੈ ਤਾਂ ਇੱਥੇ ਹਰ ਇੱਕ ਜਗ੍ਹਾ ਦੇ ਵਿੱਚ ਇਹ ਤੁਹਾਨੂੰ ਪੇੜ ਜ਼ਰੂਰ ਲੱਗਿਆ ਹੋਇਆ ਮਿਲੇਗਾ ਮੋਸਟਲੀ ਤੁਹਾਨੂੰ ਹਰ ਥਾਂ ਦੇ ਉੱਤੇ ਦੇਖਣ ਨੂੰ ਮਿਲੇਗਾ ਜਿਥੋਂ ਕਿ ਜਿਹੜੀ ਪਲਾਂਟੇਸ਼ਨ ਦੇਖਣ ਨੂੰ ਮਿਲ ਰਹੀ ਹੈ ਗ੍ਰੀਨਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਜੋ ਕਿ ਤੁਹਾਡੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਵੀ ਇਸਤੇਮਾਲ ਹੁੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਔਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਿਹੜੇ ਟਰੀਜ਼ ਲੱਗੇ ਹੋਏ ਨੇ ਜਾਂ ਫਿਰ ਪਲਾਂਟਸ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਲਾਂਟਸ ਨੇ ਜਿਹੜੇ ਕਿ ਤੁਹਾਡੇ ਘਰ ਦੇ ਵਿੱਚ ਮਸਾਲੇ ਯੂਜ਼ ਹੋਣ ਵਾਲੇ ਆ ਜਾਂ ਫਿਰ ਸਬਜ਼ੀਆਂ ਜਿਹੜੀਆਂ ਯੂਜ਼ ਹੁੰਦੀਆਂ ਨੇ ਔਰ ਸਭ ਤੋਂ ਵੱਧ ਮੇਨ ਗੱਲ ਇੱਥੇ ਆਉਂਦੀ ਹੈ ਕਿ ਜਿਹੜੀ ਟੂਰਿਸਟ ਅਟਰੈਕਸ਼ਨ ਹੈ ਟੂਰਿਸਟ ਅਟਰੈਕਸ਼ਨ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ਕਿ ਜੇਕਰ ਤੁਸੀਂ ਕੋਈ ਵੀ ਫੋਟੋਜੈਨਿਕ ਪਲੇਸ ਬਣਾ ਦੰਨੇ ਹੋ ਨਾ ਤਾਂ ਫਿਰ ਲੋਕ ਜਿਹੜੇ ਉੱਥੇ ਪਹੁੰਚਦੇ ਨੇ ਔਰ ਫੋਟੋਸ ਖਿੱਚਣ ਦੇ ਮਹਾਨੇ ਹੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਵਿਜ਼ਿਟ ਕਰਨ ਵਾਸਤੇ ਜ਼ਰੂਰ ਆਉਂਦੇ ਜਿਵੇਂ ਅਸੀਂ ਗੱਲਬਾਤ ਕੀਤੀ ਸੀ ਕਾਫੀ ਦੀ ਕਾਫੀ ਬੀਨਸ ਜਿਹੜੇ ਨੇ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਕਾਫੀ ਨੂੰ ਬਹੁਤ ਪਸੰਦ ਕਰਦੇ ਨੇ ਚਾਹ ਤੋਂ ਜ਼ਿਆਦਾ ਪ੍ਰੀਫਰੈਂਸ ਵੀ ਅੱਜ ਕੱਲ ਕਾਫੀ ਨੂੰ ਮਿਲਣ ਲੱਗ ਗਈ ਹੈ ਅ ਅਲੱਗ-ਅਲੱਗ ਥਾਵਾਂ 'ਤੇ ਉੱਤੇ ਅਲੱਗ-ਅਲੱਗ ਤਰੀਕੇ ਦੀ ਕਾਫੀ ਮਿਲਦੀ ਹੈ ਕਾਫੀ ਬੀਨਸ ਕਿਸ ਤਰੀਕੇ ਦੇ ਹੁੰਦੇ ਨੇ ਉਹ ਵੀ ਬਹੁਤ ਤਰੀਕੇ ਦੀ ਪਲਾਂਟੇਸ਼ਨ ਹੁੰਦੀ ਹੈ ਨਾ ਤਾਂ ਹੀ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਇਹ ਕਾਫੀ ਬੀਨਸ ਨੇ ਜਿਨ੍ਹਾਂ ਨੂੰ ਕਿ ਇੱਥੋਂ ਦੀ ਅ ਪ੍ਰੋਸੈਸ ਕੀਤਾ ਜਾਂਦਾ ਔਰ ਕਾਫੀ ਸ਼ਾਪਸ 'ਤੇ ਵੇਚਿਆ ਜਾਂਦਾ ਜੋ ਕਿ ਨੈਚੁਰਲੀ ਯੂਜ਼ ਕਰਨ ਦੇ ਵੀ ਬਹੁਤ-ਬਹੁਤ ਸ਼ਾਪਸ ਹੈ ਉਹ ਜਿਨ੍ਹਾਂ ਦੇ ਉੱਤੇ ਕਿ ਕਾਫੀ ਬੀਨ ਡਾਇਰੈਕਟਲੀ ਵੀ ਯੂਜ਼ ਕੀਤੇ ਜਾਂਦੇ ਨੇ ਤਾਂ ਇਹ ਪਲਾਂਟੇਸ਼ਨ ਹੈ ਕਾਫੀ ਦਾ ਪਲਾਂਟ ਇੰਨਾ ਕੋ ਕਾਫੀ ਦਾ ਪਲਾਂਟ ਹੁੰਦਾ ਜਿਸ ਤੋਂ ਕਿ ਕਾਫੀ ਦੇ ਬੀਨਸ ਤਿਆਰ ਕੀਤੇ ਜਾਂਦੇ ਨੇ ਔਰ ਉਹਨਾਂ ਨੂੰ ਪ੍ਰੋਸ ਅ ਅੱਗੇ ਜਾ ਕੇ ਜਿਹੜਾ ਕਾਫੀ ਸ਼ਾਪਸ ਤੇ ਸੇਲ ਕੀਤਾ ਜਾਂਦਾ ਔਰ ਇਸੇ ਤਰੀਕੇ ਦੇ ਨਾਲ ਕਾਫੀ ਦੀ ਜਿਹੜੀ ਹੈ ਸੇਲ ਵੱਧਦੀ ਜਾਂਦੀ ਹੈ ਔਰ ਲੋਕ ਬਹੁਤ ਪਸੰਦ ਕਰਦੇ ਨੇ ਡਾਇਰੈਕਟ ਕਾਫੀ ਬੀਨਸ ਵੀ ਜਿਹੜੇ ਨੇ ਔਰ ਤੁਸੀਂ ਇਹ ਦੇਖ ਰਹੇ ਹੋ ਬਿਲਕੁਲ ਤੁਹਾਨੂੰ ਛੋਟੇ ਛੋਟੇ ਲੱਗਣਗੇ ਆ ਬਰਾਊਨ ਕਲਰ ਦੇ ਸੀਡ ਨਹੀਂ ਹੋਣਗੇ ਇਹ ਜਿਹੜੇ ਹੁਣ ਬੀਨਸ ਇਸ ਤ ਵਕ ਤਿਆਰ ਹੋਣਗੇ ਹਜੇ ਕੱਚੇ ਆ ਤਾਂ ਇਸ ਤਰੀਕੇ ਨਾਲ ਪਲਾਂਟੇਸ਼ਨ ਜਿਹੜੀ ਹੈ ਤੁਹਾਨੂੰ ਹਮੇਸ਼ਾ ਇਹੋ ਜਿਹੀਆਂ ਜਗਾਵਾਂ ਤੇ ਮਿਲਦੀਆਂ ਰਹਿਣਗੀਆਂ ਇਹ ਨਹੀਂ ਹੈ ਕਿ ਤੁਹਾਨੂੰ ਪੰਜਾਬ ਦੇ ਵਿੱਚ ਜਾਂ ਫਿਰ ਹੋਰ ਥਾਵਾਂ ਦੇ ਉੱਤੇ ਕਾਫੀ ਬੀਨਸ ਨਹੀਂ ਦੇਖਣ ਨੂੰ ਮਿਲਣਗੇ ਬਟ ਸਾਊਥ ਤੌਸ ਸਾਊਦੀ ਕਾਫੀ ਜਿਹੜੀ ਇੱਥੋਂ ਹੀ ਤਿਆਰ ਹੁੰਦੀ ਤਾਂ ਇਹ ਅਸੀਂ ਤੁਹਾਨੂੰ ਦਿਖਾਇਆ ਸਿਟਰਸ ਟ੍ਰੇਲ ਜਿੱਥੇ ਕਿ ਲੋਕ ਵਿਜ਼ਿਟ ਕਰਨ ਵਾਸਤੇ ਪਹੁੰਚਦੇ ਨੇ ਆਪਣੀਆਂ ਹੌਲੀਡੇਜ਼ ਜਿਹੜੀਆਂ ਨੇ ਸਪੈਂਡ ਕਰਨ ਵਾਸਤੇ ਪਹੁੰਚਦੇ ਨੇ ਵਕੇਸ਼ਨਸ ਦੇ ਵਿੱਚ ਲਗਾਤਾਰ ਗੱਲਬਾਤ ਕੀਤੀ ਜਾਂਦੀ ਹੈ ਹਿਲ ਸਟੇਸ਼ਨਸ ਦੀ ਜ਼ਿਆਦਾਤਰ ਲੋਕ ਚਾਹੁੰਦੇ ਨੇ ਪਰ ਅਗਰ ਹਿਲ ਸਟੇਸ਼ਨਸ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ WeatherData ਉੱਧਾ ਬਹੁਤ ਵਧੀਆ ਮਿਲ ਜਾਂਦਾ ਪਰ ਇਸ ਟਾਈਮ ਤੇ ਅਗਰ ਜੂਨ ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇੰਨਾ ਕੁ ਜ਼ਿਆਦਾ ਰਸ਼ ਹੋ ਜਾਂਦਾ ਕਿ ਲੋਕ ਚਾਹੁੰਦੇ ਨੇ ਕਿ ਅਸੀਂ ਹਿਲ ਸਟੇਸ਼ਨ ਤੇ ਘੁੰਮਣ ਜਾਈਏ ਸਾਨੂੰ ਸਕੂਨ ਮਿਲੇ ਪਰ ਉਹ ਚੀਜ਼ ਜਿਹੜੀ ਨਹੀਂ ਮਿਲ ਪਾਂਦੀ ਉਹੀ ਅਗਰ ਤੁਸੀਂ ਪੂਰੇ ਇੰਡੀਆ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਇੰਡੀਆ ਦੇ ਵਿੱਚ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਤੁਸੀਂ ਆ ਕੇ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ ਤਾਂ ਐ ਅਸੀਂ ਸਾਊਥ ਦੇ ਵਿੱਚ ਮੌਜੂਦ ਆ ਕਰਨਾਟਕਾ ਦੇ ਵਿੱਚ ਬੈਂਗਲੌਰ ਸਿਟੀ ਹੈ ਜੋ ਕਿ ਅਕਸਰ ਜਾਣੀ ਜਾਂਦੀ ਆਈਟੀ ਸੈਕਟਰ ਦੇ ਨਾਲ ਔਰ ਉੱਥੇ ਕੁਝ ਇਹੋ ਜਿਹੀਆਂ ਚੀਜ਼ਾਂ ਜੋ ਕਿ ਨੇਚਰ ਦੇ ਨਾਲ ਰਿਲੇਟਡ ਨੇ ਤੁਹਾਨੂੰ ਸਕੂਨ ਦੇਣ ਵਾਲੀਆਂ ਨੇ ਤਾਂ ਐ ਜਗ੍ਹਾ ਬਹੁਤ ਸੋਹਣੀ ਲੱਗੀ ਤਾਂ ਮੈਂ ਸੋਚਿਆ ਕਿ ਜ਼ਰੂਰ ਤੁਹਾਨੂੰ ਵੀ ਕਵਰੇਜ ਕਰਕੇ ਦਿਖਾਈ ਜਾਵੇ ਕਿ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਅਸੀਂ ਦੇਖਿਆ ਅੰਦਰ ਪਲਾਂਟੇਸ਼ਨ ਦੇਖੀ ਕਾਫੀ ਬੀਨਸ ਦੇਖੇ ਪ ਬਹੁਤ ਜ਼ਿਆਦਾ ਸਾਊਥ ਦੇ ਫੇਮਸ ਨੇ ਕਿ ਉੱਥੇ ਮਸਾਲੇ ਬਹੁਤ ਵਧੀਆ ਹੁੰਦੇ ਨੇ ਸਾਊਦੀ ਕਾਫੀ ਬਹੁਤ ਵਧੀਆ ਹੁੰਦੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸੇ ਥਾਂ ਤੋਂ ਮਿਲਦੀਆਂ ਨੇ ਔਰ ਲੋਕ ਜਿਹੜੇ ਨੇ ਇੱਥੇ ਵਿਜ਼ਿਟ ਕਰਨ ਵਾਸਤੇ ਪਉਂਦੇ ਨੇ ਆਪਣਾ ਸਮਾਂ ਬਤੀਤ ਕਰਦੇ ਨੇ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰਦੇ ਨੇ ਤਾਂ ਇਦਾਂ ਦੀ ਹੋਰ ਵਧੀਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ